ਵੈਲਕਮ ਟੂ ਪੀਪਲਸ ਵੋਇਸ ਟੀ ਵੀ। ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਥੋੜ੍ਹੇ ਦਿਨਾਂ ਬਾਅਦ ਕਿਸੇ ਨਾ ਕਿਸੇ ਨਵੀਂ ਜਗ੍ਹਾ 'ਤੇ ਲੈ ਕੇ ਪਹੁੰਚਦੇ ਹਾਂ ਅਤੇ ਉੱਥੇ ਬਾਰੇ ਜੋ ਵੀ ਉਸਦਾ ਇਤਿਹਾਸ ਜਾਂ ਉਸਦੀ ਕੋਈ ਧਾਰਮਿਕ ਮਹੱਤਤਾ ਹੈ ਉਹ ਤੁਹਾਨੂੰ ਦੱਸਦੇ ਹਾਂ। ਸੋ ਅੱਜ ਅਸੀਂ ਹਰਿਆਣਾ ਪੰਜਾਬ ਦੇ ਬਾਰਡਰ ਦੇ ਪਿੰਡ ਇਸਰਹੇੜੀ ਵਿੱਚ ਖੜ੍ਹੇ ਹਾਂ, ਜੋ ਕਿ ਸਨੌਰ ਹਲਕੇ ਦੇ ਵਿੱਚ ਜ਼ਿਲ੍ਹਾ ਪਟਿਆਲਾ 'ਚ ਪੈਂਦਾ ਹੈ ਅਤੇ ਇੱਥੋਂ ਹਰਿਆਣਾ ਦਾ ਜ਼ਿਲ੍ਹਾ ਕੁਰੂਕਸ਼ੇਤਰ ਦਾ ਬਾਰਡਰ ਬਿਲਕੁਲ ਨਜ਼ਦੀਕ ਹੈ। ਸੋ ਤੁਸੀਂ ਇਉਂ ਕਹਿ ਸਕਦੇ ਹੋ ਕਿ ਇਹ ਪੰਜਾਬ ਦੀ ਹੱਦ ਦਾ ਆਖਰੀ ਪਿੰਡਾਂ ਦੇ ਵਿੱਚੋਂ ਇੱਕ ਪਿੰਡ ਹੈ। ਇਹ ਪਿੰਡ ਕੀ ਮਹੱਤਤਾ ਰੱਖਦਾ ਹੈ, ਅਸੀਂ ਇੱਥੇ ਕਿਉਂ ਪਹੁੰਚੇ ਹਾਂ, ਇਸ ਬਾਰੇ ਤੁਹਾਨੂੰ ਮੈਂ ਦੱਸਦਾ ਕਿ ਇਸ ਜਗ੍ਹਾ ਨੂੰ ਗੁਰਦੁਆਰਾ ਮੱਗਰ ਸਾਹਿਬ ਕਿਹਾ ਜਾਂਦਾ ਹੈ ਅਤੇ ਇਹ ਪਿੰਡ ਇਸਰਹੇੜੀ ਦੀ ਜ਼ਮੀਨ ਦੇ ਵਿੱਚ ਬਣਿਆ ਹੋਇਆ ਹੈ। ਇਸ ਜਗ੍ਹਾ ਦਾ ਸੰਬੰਧ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਲ ਹੈ। ਉਹ ਜਦੋਂ ਸ਼ਹੀਦੀ ਦੇਣ ਲਈ ਦਿੱਲੀ ਜਾ ਰਹੇ ਸਨ ਤਾਂ ਇੱਥੇ ਉਹ ਜਾਣ ਵੇਲੇ ਰੁਕੇ। ਉਸ ਸਮੇਂ ਇੱਥੇ ਜੰਗਲ ਹੋਇਆ ਕਰਦਾ ਸੀ ਅਤੇ ਉਹ ਜਦੋਂ ਇੱਥੇ ਆਪ ਆਪਣੇ ਨਾਲ ਦੇ ਸਿੱਖਾਂ ਦੇ ਨਾਲ, ਜੋ ਉਹਨਾਂ ਦੇ ਸ਼ਰਧਾਲੂ ਸਨ, ਜੋ ਉਹਨਾਂ ਦੇ ਨਾਲ ਉਸ ਵਕਤ ਦਿੱਲੀ ਨੂੰ ਜਾ ਰਹੇ ਸਨ, ਉਹ ਇੱਥੇ ਬੈਠੇ ਅਤੇ ਉਹਨਾਂ ਦੇ ਬੈਠਿਆਂ ਹੀ ਇੱਕ ਬਜ਼ੁਰਗ ਮਾਈ ਆਪਣੇ ਨਾਲ ਇੱਕ ਛੋਟੇ ਬੱਚੇ ਨੂੰ ਲੈ ਕੇ ਆਈ, ਜਿਸ ਨੂੰ ਬਹੁਤ ਬੁਖਾਰ ਸੀ। ਤਾਂ ਜਦੋਂ ਉਹਨਾਂ ਨੂੰ ਗੁਰੂ ਜੀ ਦੇ ਆਉਣ ਬਾਰੇ ਪਤਾ ਲੱਗਿਆ ਤਾਂ ਉਸ ਮਾਈ ਨੇ ਆ ਕੇ ਗੁਰੂ ਜੀ ਨੂੰ ਆਪਣੀ ਬਿਪਤਾ ਸੁਣਾਈ ਅਤੇ ਗੁਰੂ ਜੀ ਨੇ ਨਾਲ ਬਣੀ ਇੱਕ ਛੱਪੜੀ ਦੇ ਵਿੱਚ ਉਸਨੂੰ ਇਸ਼ਨਾਨ ਕਰਾਉਣ ਲਈ ਕਿਹਾ। ਸੋ ਜਦੋਂ ਉਸ ਮਾਈ ਨੇ ਉਸ ਛੋਟੇ ਬੱਚੇ ਨੂੰ ਉੱਥੇ ਇਸ਼ਨਾਨ ਕਰਾਇਆ ਤਾਂ ਉਹ ਬੱਚੇ ਦਾ ਜੋ ਦੁੱਖ ਦਰਦ ਸੀ, ਜੋ ਉਸਦੀ ਬਿਮਾਰੀ ਸੀ, ਉਹ ਠੀਕ ਹੋ ਗਈ। ਤਾਂ ਉਸ ਤੋਂ ਬਾਅਦ ਜਦੋਂ ਇੱਥੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਜਾਣ ਲੱਗੇ ਤਾਂ ਜਾਂਦੇ ਸਮੇਂ ਉਹ ਇੱਥੇ ਵਰ ਦੇ ਕੇ ਗਏ ਕਿ ਜੋ ਵੀ ਮਾਈ ਭਾਈ ਇੱਥੇ ਆ ਕੇ ਦਿਨ ਐਤਵਾਰ ਨੂੰ ਇਸ਼ਨਾਨ ਕਰੇ ਤਾਂ ਉਸਦੀ ਜੋ ਵੀ ਦੁੱਖ ਤਕਲੀਫਾਂ ਨੇ ਉਹ ਦੂਰ ਹੋਣਗੀਆਂ। ਸੋ ਇੱਥੇ ਹਰ ਐਤਵਾਰ ਨੂੰ ਬਹੁ ਗਿਣਤੀ ਵਿੱਚ ਲੋਕ ਪਹੁੰਚਦੇ ਹਨ, ਮੱਥਾ ਟੇਕਦੇ ਹਨ ਅਤੇ ਇਸ਼ਨਾਨ ਕਰਦੇ ਹਨ ਅਤੇ ਆਪਣੀ ਦੁੱਖ ਤਕਲੀਫਾਂ ਨੂੰ ਦੂਰ ਕਰਦੇ ਹਨ। ਅਤੇ ਇਸ ਤੋਂ ਇਲਾਵਾ ਮੌਸ ਨੂੰ ਇੱਥੇ ਇੱਕ ਭਾਰੀ ਇਕੱਠ ਹੁੰਦਾ ਹੈ, ਮੇਲੇ ਦੇ ਰੂਪ ਵਿੱਚ ਲੋਕ ਜੁੜਦੇ ਹਨ, ਇੱਥੇ ਗੁਰਬਾਣੀ ਸੁਣਦੇ ਹਨ ਅਤੇ ਆਪਣੀ ਸ਼ਰਧਾ ਭਾਵਨਾ ਦੇ ਨਾਲ ਜੋ ਤਿਲ ਫੁਲ ਭੇਟਾਵਾਂ ਉਹ ਲੈ ਕੇ ਆਉਂਦੇ ਹਨ ਉਹ ਉੱਥੇ ਚੜ੍ਹਾਉਂਦੇ ਹਨ। ਸੋ ਆਓ ਹੁਣ ਆ ਕੇ ਅੰਦਰ ਚੱਲੀਏ ਅਤੇ ਇਸ ਗੁਰਧਾਮ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ। ਜਿਵੇਂ ਹੁਣੇ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਤਾਂ ਇਸੇ ਸਮੇਂ ਅਸੀਂ ਜਦੋਂ ਪਹਿਲਾਂ ਗੁਰਦੁਆਰਾ ਸਾਹਿਬ ਆਪ ਖੁਦ ਦਰਸ਼ਨ ਕਰਕੇ ਗਏ, ਸੋ ਅਸੀਂ ਇੱਥੇ ਦੇਖਿਆ ਕਿ ਇੱਥੇ ਕੁਝ ਲੋਕ ਬੈਠੇ ਨੇ ਅਤੇ ਆਪਸ ਵਿਚਾਰ ਵਟਾਂਦਰਾ ਕਰ ਰਹੇ ਸੀ। ਸੋ ਜਦੋਂ ਅਸੀਂ ਨੇੜੇ ਆ ਕੇ ਉਹ ਗੱਲਾਂ ਨੂੰ ਸੁਣਿਆ ਤਾਂ ਸਾਨੂੰ ਪਤਾ ਲੱਗਿਆ ਕਿ ਇੱਥੇ ਉਹ ਸਿੱਖ ਧਰਮ ਦੇ ਪ੍ਰਚਾਰ ਬਾਰੇ ਆਮ ਨੌਜਵਾਨ ਜੋ ਆਲੇ ਦੁਆਲੇ ਦੇ ਪਿੰਡਾਂ ਤੋਂ ਆਏ ਹੋਏ ਸਨ ਉਹ ਕਰ ਰਹੇ ਸਨ ਅਤੇ ਉਹਨਾਂ ਨੂੰ ਸਿੱਖ ਬਾਣੀ ਗੁਰਬਾਣੀ ਅਤੇ ਬਾਣੀ ਨਾਲ ਜੋੜਨ ਦੀ ਉਹਨਾਂ ਵੱਲੋਂ ਇੱਕ ਕੋਸ਼ਿਸ਼ ਚੱਲ ਰਹੀ ਸੀ। ਸੋ ਅਸੀਂ ਉਹਨਾਂ ਨਾਲ ਵੀਰ ਜੀ ਉਹਨਾਂ ਨੂੰ ਬੇਨਤੀ ਕੀਤੀ ਕਿ ਇਹਦੇ ਬਾਰੇ ਦੂਰ ਦੁਰਾਡੇ ਦਰਸ਼ਕ ਜੋ ਸਾਡੇ ਯੂਟਿਊਬ ਚੈਨਲ ਰਾਹੀਂ ਜੁੜੇ ਹੋਏ ਹਨ ਉਹਨਾਂ ਤੱਕ ਇਹ ਗੱਲ ਪਹੁੰਚੇ ਕਿ ਉਹ ਕਿਸ ਤਰ੍ਹਾਂ ਦੀ ਇੱਥੇ ਮੁਹਿੰਮ ਚਲਾ ਰਹੇ ਹਨ ਅਤੇ ਉਹਨਾਂ ਦਾ ਇਸਦੇ ਲਈ ਮੰਤਵ ਕੀ ਹੈ। ਸੋ ਸਭ ਤੋਂ ਪਹਿਲਾਂ ਤੁਹਾਡਾ ਪੀਪਲਸ ਵੋਇਸ ਟੀ ਵੀ ਉੱਤੇ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ, ਤੁਸੀਂ ਇਸ ਕੈਂਪੇਨ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਕਿ ਤੁਸੀਂ ਇੱਥੇ ਇਹ ਕੈਂਪੇਨ ਕਦੋਂ ਤੋਂ ਚਲਾ ਰਹੇ ਹੋ ਅਤੇ ਇਹਦੇ ਵਿੱਚ ਤੁਸੀਂ ਕੀ ਕਰਦੇ ਹੋ।
ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੂੰਗਾ ਕਿ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ ਅਤੇ ਐਜੂਕੇਟ ਪੰਜਾਬ ਪ੍ਰੋਜੈਕਟ ਲੁਧਿਆਣਾ ਵੱਲੋਂ ਕੀਤਾ ਜਾ ਰਿਹਾ ਔਰ ਨਾਲ ਸਿੰਘ ਸਰਦਾਰ ਦਸਤਾਰ ਅਕੈਡਮੀ ਦੇਵੀਗੜ੍ਹ ਦੇ ਜਿਹੜੇ ਵੀਰ ਨੇ ਸਾਡੇ ਨਾਲ ਸਹਿਯੋਗ ਕਰਦੇ ਨੇ ਔਰ ਮੈਂ ਸਭ ਤੋਂ ਪਹਿਲਾਂ ਦੱਸਦਾ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਜਿਹੜਾ ਉਪਰਾਲਾ ਹੈ ਕਿ ਉਹ ਇਲਾਕੇ ਦੇ ਵਿੱਚ ਜਿੰਨੇ ਵੀ ਸਕੂਲ ਨੇ ਉੱਥੇ ਜਿਹੜੇ ਬੱਚੇ ਗਰੀਬ ਪਰਿਵਾਰਾਂ ਦੇ ਬੱਚੇ ਨੇ ਜ਼ਰੂਰਤਮੰਦ ਬੱਚੇ ਨੇ ਉਹਨਾਂ ਨੂੰ ਸਕੋਲਰਸ਼ਿਪ ਦੇ ਕੇ ਉਹਨਾਂ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ ਜਾਂ ਉਹਨਾਂ ਨੇ ਉੱਚ ਵਿੱਦਿਆ ਹਾਸਲ ਕਰਨੀ ਹੈ ਉਹਨਾਂ ਦੀ ਸਕੋਲਰਸ਼ਿਪ ਲਾ ਕੇ ਉਹਨਾਂ ਨੂੰ ਪੜ੍ਹਾਈ ਕਰਵਾਈ ਜਾ ਰਹੀ ਹੈ ਔਰ ਉਸ ਦੇ ਨਾਲ ਨਾਲ ਜਦੋਂ ਛੁੱਟੀਆਂ ਹੁੰਦੀਆਂ ਨੇ ਔਰ ਪਿੰਡਾਂ ਦੇ ਵਿੱਚ ਜਾ ਕੇ ਅਲੱਗ ਅਲੱਗ ਥਾਵਾਂ 'ਤੇ ਜਾ ਕੇ ਕੈਂਪ ਲਗਾ ਕੇ ਬੱਚਿਆਂ ਨੂੰ ਗੁਰਮਤਿ ਦੀਆਂ ਕਲਾਸਾਂ ਔਰ ਨਾਲ ਨਾਲ ਬੱਚਿਆਂ ਨੂੰ ਦਸਤਾਰ ਸਿਖਲਾਈ ਕੈਂਪ ਆਪਣੇ ਇਤਿਹਾਸ ਨਾਲ ਆਪਣੇ ਵਿਰਸੇ ਨਾਲ ਜਾਣੂ ਕਰਵਾਉਣ ਵਾਸਤੇ ਅਸੀਂ ਇਲਾਕੇ ਦੇ ਵੀਰਾਂ ਦੇ ਨਾਲ ਰਲ ਕੇ ਔਰ ਹੋਰ ਜਿੰਨੇ ਵੀ ਸਾਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀਆਂ ਜੋ ਸਾਡੇ ਨਾਲ ਸਹਿਯੋਗ ਕਰਦੀਆਂ ਨੇ ਜਾਂ ਗੁਰਦੁਆਰਾ ਸਾਹਿਬ ਸਹਿਯੋਗ ਕਰਦੇ ਨੇ ਉਹਨਾਂ ਸਾਰੇ ਵੀਰਾਂ ਦੇ ਉਪਰਾਲੇ ਸਦਕਾ ਅਸੀਂ ਜਿਹੜੀਆਂ ਇਹ ਸੇਵਾਵਾਂ ਪਿਛਲੇ 2-3 ਸਾਲਾਂ ਤੋਂ ਨਿਭਾ ਰਹੇ ਹਾਂ। ਸੋ ਜੀ, ਮੈਂ ਇੱਕ ਆਹ ਜਾਣਕਾਰੀ ਚਾਹਾਂਗਾ ਕਿ ਇਸ ਇਲਾਕੇ ਦੇ ਵਿੱਚ, ਇਸ ਖਿੱਤੇ ਦੇ ਵਿੱਚ ਕਹਿ ਲਈਏ, ਦੂਰ ਤੁਹਾਡੇ 50-60 ਪਿੰਡ ਜਾਂ 100 ਪਿੰਡਾਂ ਦੇ ਵਿੱਚ ਤੁਹਾਡੇ ਇੱਥੇ ਕਿੰਨੇ ਕੁ ਮੈਂਬਰ ਨੇ ਜੋ ਤੁਹਾਡੇ ਨਾਲ ਜੁੜੇ ਹੋਏ ਨੇ? ਵੀਰ ਜੀ, ਇੱਥੇ ਸਾਡੇ ਨਾਲ ਅਸੀਂ ਜਿੱਥੇ ਵੀ ਜਾਂਦੇ ਹਾਂ ਦਸਤਾਰ ਸਿਖਲਾਈ ਕੈਂਪ ਲਾਉਂਦੇ ਹਾਂ, ਹਰ ਜਗ੍ਹਾ ਤੋਂ ਸਾਡੇ ਦੇ ਨਾਲ ਜਿਹੜੇ ਵਲੰਟੀਅਰ ਨੇ 4-5 ਵਲੰਟੀਅਰ ਜ਼ਰੂਰ ਜੁੜਦੇ ਨੇ ਜਿਹੜੇ ਅੱਗੇ ਜਾ ਕੇ ਉਹਨਾਂ ਨੂੰ ਅਸੀਂ ਅੱਗੇ ਭੇਜਦੇ ਹਾਂ। ਉਹ ਵੀ ਦਸਤਾਰ ਸਿਖਲਾਈ ਕੈਂਪ ਔਰ ਗੁਰਮਤਿ ਦੀਆਂ ਕਲਾਸਾਂ ਜਿਹੜੀਆਂ ਅੱਗੇ ਤੋਂ ਅੱਗੇ ਅਸੀਂ ਉਸ ਨੀਵ ਨੂੰ ਵਧਾਉਣਾ ਚਾਹੁੰਦੇ ਹਾਂ। ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀਗਾ ਵੀ ਖਾਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ ਵਾਧੂ ਜਾਓ, ਵੀ ਉਹਨੂੰ ਅਸੀਂ ਵਧਾਉਣਾ ਹੋਰ ਅੱਗੇ ਤੋਂ ਅੱਗੇ ਔਰ ਉਸ ਮੁੱਖ ਮੋਟਿਵ ਨੂੰ ਲੈ ਕੇ ਅਸੀਂ ਚੱਲਦੇ ਪਏ ਹਾਂ ਕਿ ਨੌਜਵਾਨ ਵੀਰਾਂ ਨੂੰ, ਬੱਚਿਆਂ ਨੂੰ ਵੱਧ ਤੋਂ ਵੱਧ ਜੋੜਿਆ ਜਾਵੇ ਔਰ ਬੈਠ ਕੇ ਆਪਸ ਦੇ ਵਿੱਚ ਗੁਰਮਤਿ ਦੀ ਵਿਚਾਰ ਕੀਤੀ ਜਾਵੇ ਕਿਉਂਕਿ ਗੁਰਮਤਿ ਸਾਨੂੰ ਸਿਖਾਉਂਦੀ ਕੀ ਹੈ, ਗੁਰਸਿੱਖੀ ਕੀ ਹੈ, ਕਿ ਇਕੱਲੀ ਅਸੀਂ ਗੁਰੂ ਘਰ ਵਿੱਚ ਆਣ ਕੇ ਲੰਗਰਾਂ 'ਚ ਸੇਵਾ ਕਰ ਲੈਣੀ ਜਾਂ ਜੋੜੇ ਝਾੜ ਦੇਣੇ, ਗੁਰੂ ਘਰਾਂ 'ਚ ਸਫਾਈਆਂ ਕਰ ਦੇਣੀਆਂ, ਇਹ ਸੇਵਾਵਾਂ ਨਹੀਂ, ਜਿਹੜੀਆਂ ਹੋਰ ਸੇਵਾਵਾਂ ਨੇ ਜਿਹੜੀਆਂ ਅਸੀਂ ਮੁੱਖ ਰੱਖ ਕੇ ਆਪਣੀ ਕੌਮ ਦਾ ਜਿਹਦੇ ਨਾਲ ਨਾਮ ਉੱਚਾ ਕਰ ਸਕੀਏ ਉਹ ਸੇਵਾਵਾਂ ਵੀ ਕਰਨੀਆਂ। ਅੱਜ ਐਜੂਕੇਸ਼ਨ ਦੇ ਐਜੂਕੇਸ਼ਨ ਵੱਲ ਸਿੱਖ ਕੌਮ ਜਿਹੜੀ ਆ ਉਹ ਕਾਫੀ ਪਿੱਛੇ ਜਾ ਰਹੀ ਸੀ, ਉਹਦੇ ਵੱਲ ਧਿਆਨ ਦੇਣ ਦੀ ਬਹੁਤ ਲੋੜ ਸੀ ਕਿ ਸਾਡੇ ਬੱਚੇ ਪਿੱਛੇ ਰਹਿੰਦੇ ਨੇ, ਗੁਰਸਿੱਖ IPS ਅਫਸਰ ਨਹੀਂ ਬਣ ਰਹੇ, ਗੁਰਸਿੱਖ ਜੱਜ ਨਹੀਂ ਬਣ ਰਹੇ, ਗੁਰਸਿੱਖ ਇੰਜੀਨੀਅਰ ਨਹੀਂ ਬਣ ਰਹੇ, ਮੀਨਜ਼ ਸੁੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ ਔਰ ਜਿਹੜੀ ਸਾਡੀ ਕਰੀਮ ਹੈ ਜਿਹੜੇ ਬੱਚੇ ਵਧੀਆ ਪੜ੍ਹ ਜਾਂਦੇ ਨੇ ਉਹ IELTS ਕਰਕੇ ਬਾਹਰ ਫੋਰਨ ਚਲੇ ਜਾਂਦੇ ਨੇ ਔਰ ਉਸ ਚੀਜ਼ ਨੂੰ ਵੇਖਦਿਆਂ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਉਪਰਾਲਾ ਕੀਤਾ ਕਿ ਜਿਵੇਂ ਭਾਈ ਜਸਵੀਰ ਸਿੰਘ ਖਾਲਸਾ ਉਹਨਾਂ ਖੰਨੇ ਵਾਲਿਆਂ ਸੋਚਿਆ ਸੀਗਾ ਗੁਰਸਿੱਖ IPS ਅਫਸਰ ਬਣਨ, ਗੁਰਸਿੱਖ ਜੱਜ ਬਣਨ ਔਰ ਜਿਹੜਾ ਖਾਲਸੇ ਦਾ ਰਾਜ ਆ ਉਹਨਾਂ ਬੱਚਿਆਂ ਨੂੰ ਜਿਹੜੇ ਵਧੀਆ ਨੰਬਰ ਲੈ ਕੇ ਆਉਂਦੇ ਨੇ, ਐਜੂਕੇਟ ਪੰਜਾਬ ਪ੍ਰੋਜੈਕਟ ਉਹ ਉਪਰਾਲਾ ਕਰ ਰਿਹਾ ਕਿ ਉਹਨਾਂ ਬੱਚਿਆਂ ਨੂੰ ਪੜ੍ਹਾ ਕੇ ਵਧੀਆ ਜੋਬਸ ਜਿਹੜੀਆਂ ਨੇ ਉਹ ਇਸ ਫੀਲਡ 'ਚ ਆ ਸਕਣ, ਉਹਨਾਂ ਦੀ ਹਰ ਪੱਖ ਤੋਂ ਮਦਦ ਕੀਤੀ ਜਾਵੇ, ਉਸ ਉਪਰਾਲੇ ਨੂੰ ਮੁੱਖ ਰੱਖ ਕੇ ਅਸੀਂ ਇਹ ਗੁਰਮਤ ਕਲਾਸਾਂ ਔਰ ਨਾਲ ਨਾਲ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਸਹਿਯੋਗ ਕਰਦੇ ਹਾਂ। ਵੀਰ ਜੀ, ਬਹੁਤ ਤੁਸੀਂ ਵੱਡੀ ਇੱਕ ਸੇਵਾ ਕਰ ਰਹੇ ਹੋ, ਜਿਵੇਂ ਅਸੀਂ ਦੇਖਦੇ ਹਾਂ ਕਿ ਆਮ ਤੌਰ 'ਤੇ ਜਿਹੜੀ ਸਮੱਸਿਆ ਅਸੀਂ ਵੀ ਦੂਰ ਦੂਰ ਜਾ ਕੇ ਲੋਕਾਂ 'ਚ ਵਿਚਰਦੇ ਹਾਂ ਅਤੇ ਅਸੀਂ ਦੇਖਦੇ ਹਾਂ ਕਿ ਜੋ ਅੱਜ ਦੀ ਨੌਜਵਾਨ ਪੀੜ੍ਹੀ ਹੈ ਉਸਨੇ ਵਿਦੇਸ਼ਾਂ ਵੱਲ ਹੀ ਰੁਕ ਕਰ ਲਿਆ, ਸੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡੇ ਇੱਥੇ ਅਫਸਰ ਹੋਣਗੇ, ਜੋ ਬਿਊਰੋਕਰੇਟ ਹੋਣਗੇ ਜਾਂ ਪੁਲਿਸ ਅਫਸਰ ਹੋਣਗੇ, ਉਹਨਾਂ ਦੇ ਵਿੱਚ ਗੁਰਸਿੱਖਾਂ ਦੀ ਗਿਣਤੀ ਕਿੱਥੋਂ ਹੋਏਗੀ ਜਦੋਂ ਇੱਥੇ ਗੁਰਸਿੱਖ ਰਹਿਣਗੇ ਨਹੀਂ? ਸੋ ਇਹ ਬਹੁਤ ਵੱਡਾ ਉਪਰਾਲਾ ਹੈ ਕਿ ਜਿਹੜਾ ਸਾਡਾ ਇਹ ਖਿੱਤਾ ਹੈ ਪੰਜਾਬ ਦਾ, ਹਰਿਆਣੇ ਦਾ, ਹਿਮਾਚਲ ਦਾ ਜਾਂ ਵੈਸਟਰਨ UP ਦਿੱਲੀ ਜਿੱਥੇ ਬਹੁਤ ਗਿਣਤੀ 'ਚ ਸਿੱਖ ਨੇ, ਤਾਂ ਉਹ ਸਿੱਖ ਇੱਥੋਂ ਪ੍ਰਵਾਸ ਕਰਕੇ ਬਾਹਰ ਜਾ ਰਹੇ ਨੇ, ਸੋ ਇਹ ਬਹੁਤ ਵੱਡਾ ਉਪਰਾਲਾ ਹੈ। ਹੈੱਡ ਕਥਾ ਵਾਚਕ ਨੇ ਇੱਥੋਂ ਦੇ ਇਹਨਾਂ ਨੇ, ਸੋ ਅਸੀਂ ਹੁਣ ਬੇਨਤੀ ਕਰਦੇ ਹਾਂ ਜਿਹੜੇ ਇੱਥੇ ਦੇ ਹੈੱਡ ਕਥਾ ਵਾਚਕ ਨੇ ਕਿ ਉਹ ਵੀ ਆਪਣੇ ਵਿਚਾਰ ਦੇਣ ਅਤੇ ਦੱਸਣ ਕਿ ਇੱਥੇ ਉਹਨਾਂ ਨੂੰ ਇਹ ਉਪਰਾਲਾ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਅਤੇ ਕਿਸ ਤਰ੍ਹਾਂ ਦਾ ਹੁੰਗਾਰਾ ਨੌਜਵਾਨ ਪੀੜ੍ਹੀ ਤੋਂ ਮਿਲ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੁਝ ਸਮੇਂ ਤੋਂ ਇਸ ਸਥਾਨ 'ਤੇ ਕਥਾ ਦੀ ਡਿਊਟੀ ਮਿਲੀ ਹੋਈ ਹੈ। ਮਨ ਦੀ ਵਿਚਾਰ ਸੀ ਕਿ ਗੁਰੂ ਸਾਹਿਬਾਂ ਦੇ ਨਾਲ ਰੋਜ਼ ਵਿਚਾਰ ਹੁੰਦੀ ਕਿ ਗੁਰ ਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗਾ ਦੁੱਖ। ਉਸ ਮੋਟਿਵ ਨੂੰ ਲੈ ਕੇ ਅਤੇ ਸਾਡੇ ਵੀਰ ਬਲਜਿੰਦਰ ਸਿੰਘ ਜੀ, ਸਰਬਜੀਤ ਸਿੰਘ ਜੀ, ਇਹ ਸਾਰੇ ਬੱਚਿਆਂ ਦੇ ਨਾਲ ਸਾਂਝ ਕਰਕੇ ਇੱਕ ਡਿਊਟੀ ਬਣਦੀ ਹੈ ਕਿ ਗੁਰੂ ਘਰ ਸਿਰਫ ਆ ਕੇ ਮੱਥਾ ਟੇਕ ਕੇ ਪਰਿਕਰਮਾ ਕਰਕੇ ਨਾ ਜਾਈਏ, ਅਸੀਂ ਗੁਰੂ ਨੂੰ ਮਿਲ ਕੇ ਚੱਜ ਦੀਆਂ ਗੱਲਾਂ ਸਿੱਖ ਕੇ ਜਾਈਏ, ਸਾਡਾ ਆਚਰਨ ਬਣ ਜਾਵੇ। ਇੱਥੋਂ ਮੋਟਿਵ ਇਹ ਹੈ ਕਿ ਅਸੀਂ ਬੇਸ ਬਣਾ ਕੇ ਤੋਰਨਾ ਹੈ। ਜਦੋਂ ਬੇਸ ਸਾਡੇ ਬੱਚਿਆਂ ਦਾ ਬਣ ਗਿਆ ਤਾਂ ਮੈਨੂੰ ਉਮੀਦ ਹੈ ਕਿ ਕਹਿਣਾ ਨਹੀਂ ਪਏਗਾ ਕਿ ਸਾਨੂੰ IPS ਬਾਹਰੋਂ ਲਿਆਉਣੇ ਪੈਣਗੇ, ਸਾਨੂੰ IAS ਬਾਹਰੋਂ ਲਿਆਉਣੇ ਪੈਣਗੇ। ਅਸੀਂ ਬੇਸ ਬਣਾਉਣ ਦਾ ਜਿਹੜਾ ਮੇਰੇ ਵੱਲੋਂ ਕੋਸ਼ਿਸ਼ ਸੀ, ਇਹਨਾਂ ਬੱਚਿਆਂ ਨੇ ਸਾਥ ਦਿੱਤਾ ਅਤੇ ਉਸ ਨੂੰ ਲੈ ਕੇ ਅਸੀਂ ਸਾਰੇ ਚੱਲ ਰਹੇ ਹਾਂ। ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਹੋਰ ਅੱਗੇ ਵਾਧਾ ਹੋਵੇਗਾ। ਅਤੇ ਬਾਬਾ ਜੀ, ਸਾਨੂੰ ਇਸ ਇਹ ਵੀ ਦੱਸੋ ਕਿ ਤੁਹਾਨੂੰ ਇਹ ਤੁਸੀਂ ਤੁਹਾਡੇ ਕੋਲ ਇੰਨਾ ਤਜਰਬਾ ਹੋਊਗਾ
ਜੋ ਤੁਸੀਂ ਪਿਛਲੇ ਸਮੇਂ 'ਚ ਚੀਜ਼ਾਂ ਦੇਖੀਆਂ ਨੇ ਕਿ ਹੁਣ ਪਹਿਲਾਂ ਨਾਲੋਂ ਬਦਲਾਵ ਆ ਰਿਹਾ ਜੋ 95 ਤੋਂ ਲੈ ਕੇ ਅਸੀਂ ਤਕਰੀਬਨ 2010-12-14 ਤੱਕ ਦੇਖਦੇ ਹਾਂ ਉਸ ਸਮੇਂ ਜੋ ਹੈ ਕੁਛ ਬਦਲਾਵ ਇਸ ਤਰ੍ਹਾਂ ਦੇ ਹੋ ਗਏ ਸੀ ਕਿ ਸਿੱਖੀ ਸਰੂਪ 'ਚ ਬੱਚੇ ਨਜ਼ਰ ਆਉਣੇ ਘੱਟ ਗਏ ਸੀ ਸੋ ਅਸੀਂ ਵੀ ਕੁਛ ਦੇਖ ਰਹੇ ਹਾਂ ਕਿ ਬੱਚੇ ਸਿੱਖੀ ਸਰੂਪ 'ਚ ਆ ਰਹੇ ਨੇ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਪੋਜ਼ੀਟਿਵ ਸਿਗਨਲ ਹੈਗਾ ਜੀ ਬਿਲਕੁਲ ਬਿਲਕੁਲ ਇਹ ਪੋਜ਼ੀਟਿਵ ਸਿਗਨਲ ਹੈ ਬੱਚੇ ਆਪਾਂ ਹੁਣ ਵੀ ਦੇਖਦੇ ਹਾਂ ਆਪਾਂ ਜਿਸ ਤਰ੍ਹਾਂ ਅੱਜ ਪਹਿਲਾਂ ਦਿਨ ਹੈ ਸਾਡਾ ਔਰ ਕਾਫੀ ਬੱਚੇ ਆਏ ਨੇ ਉਮੀਦ ਹੈ ਕਿ ਹੋਰ ਵੀ ਆਉਣਗੇ ਹੁਣ ਅੱਗੇ ਪਹਿਲਾਂ ਵਾਲਾ ਨਹੀਂ ਜਿਹੜੇ ਬੱਚੇ ਬੁਲਟ 'ਤੇ ਚੜ੍ਹ ਕੇ ਅਤੇ ਪਟਾਕੇ ਮਾਰਦੇ ਸੀ ਨਹੀਂ ਹੁਣ ਦਸਤਾਰ ਸਜਾਈ ਉਹਨੂੰ ਦਸਤਾਰ ਦੇ ਨਾਲ ਕਿਰਦਾਰ ਵੀ ਉਹਦਾ ਬਣਾਇਆ ਜਾਂਦਾ ਬੱਚੇ ਨੂੰ ਦੱਸਿਆ ਜਾਂਦਾ ਹੈ ਕਿ ਭਾਈ ਤੇਰਾ ਕਿਰਦਾਰ ਇਹ ਨਹੀਂ ਤੂੰ ਸੜਕ 'ਤੇ ਪਟਾਕੇ ਬੁਲਟਾਂ 'ਤੇ ਮਰਾਵੇਂ ਜਾਂ ਕਿਸੇ ਦੇ ਧੀ ਭੈਣ ਨੂੰ ਤੂੰ ਮਾੜੀ ਨਿਗ੍ਹਾ ਨਾਲ ਵੇਖੇ ਉਹ ਕਿਰਦਾਰ ਉਹਦਾ ਬਣਾ ਕੇ ਦੋਨੋਂ ਇੱਥੇ ਦੋਨੋਂ ਚੀਜ਼ਾਂ ਦੇ ਰਹੀਆਂ ਨੇ ਤੁਸੀਂ ਜਿਹੜਾ ਸਿਰ 'ਤੇ ਉਹਨਾਂ ਦੇ ਤਾਜ ਹੈ ਉਹਦੇ ਨਾਲ ਨਾਲ ਉਹਨ ਉਸਤਾਦ ਦੀ ਜੋ ਜ਼ਿੰਮੇਵਾਰੀਆਂ ਨੇ ਉਹ ਵੀ ਤੁਸੀਂ ਉਹਨਾਂ ਨੂੰ ਸਮਝਾ ਰਹੇ ਹੋ ਜੀ ਜੀ ਬਿਲਕੁਲ ਬਿਲਕੁਲ ਇਹ ਦੋਨੋਂ ਚੀਜ਼ਾਂ ਸਮਝਾ ਸੋ ਬਹੁਤ ਵਧੀਆ ਉਪਰਾਲਾ ਸਾਨੂੰ ਲੱਗ ਰਿਹਾ ਹੈ ਸੋ ਹੁਣ ਸਾਡੇ ਨਾਲ ਇੱਕ ਵੀਰ ਜੀ ਹੋਰ ਨੇ ਜੋ ਇਸ ਇਲਾਕੇ ਨਾਲ ਸੰਬੰਧਿਤ ਨੇ ਤਾਂ ਉਹ ਇਸ ਇਲਾਕੇ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਸੋ ਇਹਨਾਂ ਤੋਂ ਸਪੈਸੀਫਿਕ ਇਸ ਖਿੱਤੇ ਬਾਰੇ ਗੱਲ ਕਰਦੇ ਹਾਂ ਕਿ ਇਸ ਖਿੱਤੇ ਦੇ ਵਿੱਚ ਉਹਨਾਂ ਨੂੰ ਕੀ ਲੱਗ ਰਿਹਾ ਹੈ ਕਿ ਸਿੱਖੀ ਦਾ ਉਭਾਰ ਹੋ ਰਿਹਾ ਕੀ ਉਹਨਾਂ ਨੂੰ ਇਹ ਲੱਗ ਰਿਹਾ ਕਿ ਪਿਛਲੇ ਸਮੇਂ ਨਾਲੋਂ ਹੁਣ ਕੁਛ ਬਦਲਾਵ ਆ ਰਿਹਾ ਜਾਂ ਆਪਾਂ ਗੱਲ ਸਪੈਸੀਫਿਕ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ ਕਿ ਉਹ ਆਪਣੇ ਘਰ ਮੁੜ ਰਹੇ ਨੇ ਵਾਪਸ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਜਿਹੜਾ ਤੁਸੀਂ ਸਵਾਲ ਕੀਤਾ ਸਵਾਲ ਬੜਾ ਪਿਆਰਾ ਪਰ ਮੈਂ ਇਹਦੇ ਨਾਲ ਇਹ ਗੱਲ ਕਹਿਣਾ ਚਾਹਾਂਗੇ ਅਸੀਂ ਕਾਫੀ ਲੰਮੇ ਸਮੇਂ ਤੋਂ 3-4 ਸਾਲਾਂ ਤੋਂ ਤਕਰੀਬਨ ਇਲਾਕੇ ਵਿੱਚ ਹਰਿਆਣੇ ਇਲਾਕੇ 'ਚ ਪੰਜਾਬ 'ਚ ਮਤਲਬ ਗੁਰਬਾਣੀ ਪ੍ਰਚਾਰ ਦੀ ਹੋਰ ਅਨੇਕਾਂ ਸੇਵਾਵਾਂ ਜੋ ਨਿਭਾ ਰਹੇ ਹਾਂ ਪਰ ਜੇਕਰ ਅਸੀਂ ਇੰਜ ਕਹਿ ਲਓ ਵੀ ਅਸੀਂ ਤਾਂ ਆਪਣੀ ਡਿਊਟੀ ਨਿਭਾ ਰਹੇ ਹਾਂ ਜਿਹੜਾ ਤੁਸੀਂ ਸਵਾਲ ਕੀਤਾ ਅਸੀਂ ਤਾਂ ਆਪਣੀ ਡਿਊਟੀ ਨਿਭਾ ਰਹੇ ਹਾਂ ਇਹਦੇ ਵਿੱਚ ਨੌਜਵਾਨਾਂ ਨੇ ਬੱਚਿਆਂ ਨੇ ਜਾਂ ਸਾਡੀ ਆਉਣ ਵਾਲੀ ਜਨਰੇਸ਼ਨ ਨੇ ਜਾਂ ਉਹਨਾਂ ਦੇ ਮਾਂ ਪਿਓ ਨੇ ਦੇਖਣਾ ਕਿ ਅਸੀਂ ਜਿਹੜਾ ਇਹ ਕੰਮ ਕਰ ਰਹੇ ਨੇ ਅਸੀਂ ਇਹਦੇ ਵਿੱਚ ਆਪਣੇ ਬੱਚਿਆਂ ਨੂੰ ਇਸ ਲਾਈਨ 'ਚ ਲਾਉਣਾ ਕਿ ਨਹੀਂ ਲਾਉਣਾ ਚੁਆਇਸ ਉਹਨਾਂ ਦੀ ਅਸੀਂ ਦਿਨ ਰਾਤ ਕੈਂਪ ਲਾ ਰਹੇ ਹਾਂ ਦਸਤਾਰ ਦੇ ਗੁਰਬਾਣੀ ਦੇ ਪਰ ਇੱਕ ਚੀਜ਼ ਇਹਦੇ 'ਚ ਜ਼ਰੂਰ ਹੈ ਕਿ ਸਾਨੂੰ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਜ਼ਿਆਦਾ ਮੁਸ਼ਕਲਾਂ ਨੇ ਜਿਹੜੀਆਂ ਕਿ ਅਸੀਂ ਇੱਥੇ ਇੰਝ ਕਹਿ ਲਓ ਵੀ ਤੁਹਾਡੇ ਚੈਨਲ 'ਤੇ ਉਹਨੂੰ ਬਿਆਨ ਨਹੀਂ ਕਰ ਸਕਦੇ ਪਰ ਇਹਦੇ ਵਿੱਚ ਜਿਹੜਾ ਅਸੀਂ ਪ੍ਰਚਾਰ ਕਰ ਰਹੇ ਹਾਂ ਇਹਦੇ ਵਿੱਚ ਮਾਤਾ ਪਿਤਾ ਦਾ ਜਿੰਨਾ ਚਿਰ ਪਰਿਵਾਰ ਦਾ ਜਾਂ ਇੰਝ ਕਹਿ ਲਓ ਜਿਹੜਾ ਬੱਚਾ ਸਾਡੇ ਕੋਲ ਆ ਰਿਹਾ ਉਹਦਾ ਰਿਸਪੋਂਸ ਨਹੀਂ ਹੈਗਾ ਤਾਂ ਅਸੀਂ ਉਹ ਆਪਣੀ ਮੰਜ਼ਿਲ ਤੈਅ ਨਹੀਂ ਕਰਾਂਗੇ ਇਹਦੇ ਵਿੱਚ ਅਸੀਂ ਤਾਂ ਆਪਣੀ ਗੱਲ ਕਰ ਰਹੇ ਹਾਂ ਜੇ ਕਹਿ ਲਓ ਵੀ ਚੌਂਕੀਦਾਰ ਦਾ ਕੰਮ ਹੈ ਹੋਕਾ ਦੇਣਾ ਅਸੀਂ ਦਿਨ ਰਾਤ ਹੁਣ ਪਹਿਲਾਂ ਮੈਂ ਪਟਿਆਲੇ ਸੀ ਕੈਂਪ 'ਤੇ ਅਟੈਂਡ ਕੀਤਾ ਹੁਣ ਇੱਥੇ ਆ ਗਿਆ ਜੀ ਅਤੇ ਉਸ ਤੋਂ ਬਾਅਦ ਮੈਂ ਜਲਾਖੜੀ ਜਾਣਾ ਜੀ ਰਾਤ ਦੀ ਮੇਰੀ ਉੱਥੇ ਕਲਾਸ ਹੁੰਦੀ ਹੈ ਅਤੇ ਇਸ ਤਰ੍ਹਾਂ ਅਸੀਂ ਦਿਨ ਰਾਤ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਕਿ ਸੇਵਾ ਹੋਏ ਵੱਧ ਤੋਂ ਵੱਧ ਮਤਲਬ ਕਿ ਅਸੀਂ ਜਾਗਰੂਕ ਕਰ ਸਕੀਏ ਪਰ ਤੁਰਨਾ ਨਾ ਤੁਰਨਾ ਇਹ ਸਾਨੂੰ ਖੋਚਣਾ ਪਏਗਾ ਅਸੀਂ ਆਪਣੇ ਵੱਲੋਂ ਪੂਰੀ ਤਨਦੇਹੀ ਨਾਲ ਇੰਝ ਕਹਿ ਰਹੋ ਵੀ ਪੂਰੇ ਗੁਰੂ ਸਾਹਿਬ ਦੇ ਕਿਰਪਾ ਦੇ ਨਾਲ ਸਮਰਪਿਤ ਭਾਵਨਾ ਨਾਲ ਸੇਵਾਵਾਂ ਨਿਭਾ ਰਹੇ ਹਾਂ ਅਤੇ ਮੈਂ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਆਏ ਹੋ ਸਾਡੇ ਨਾਲ ਗੱਲਬਾਤ ਕੀਤੀ ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਦੀਆਂ ਚੁਣੌਤੀਆਂ ਹੁਣ ਸਾਡੇ ਸਾਹਮਣੇ ਇਹਨਾਂ ਨੇ ਦੱਸੀਆਂ ਕਿ ਹੈਗੀਆਂ ਨੇ ਉਹ ਚੁਣੌਤੀਆਂ ਨੂੰ ਦੂਰ ਤੁਸੀਂ ਆਪ ਕਰਨਾ ਜੋ ਇੱਥੇ ਸਾਰੀ ਟੀਮ ਜਿਹਨਾਂ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਈ ਹੈ ਇਹ ਦਿਨ ਰਾਤ ਕੋਸ਼ਿਸ਼ ਕਰ ਰਹੇ ਨੇ ਸਿਰਫ ਇਸ ਇਲਾਕੇ ਦੇ ਵਿੱਚ ਨਹੀਂ ਪੰਜਾਬ ਦੇ ਹੋਰ ਜੋ ਇਲਾਕੇ ਨੇ ਉੱਥੇ ਵੀ ਇਹ ਕੋਸ਼ਿਸ਼ ਜਾਰੀ ਹੈ ਅਤੇ ਇਸੇ ਤਰ੍ਹਾਂ ਹੋਰ ਜਥੇਬੰਦੀਆਂ ਵੀ ਜਿਹੜੀਆਂ ਕੋਸ਼ਿਸ਼ ਕਰ ਰਹੀਆਂ ਨੇ ਕਿ ਪੰਜਾਬ ਨੂੰ ਮੁੜ ਕੇ ਪੰਜਾਬ ਬਣਾਇਆ ਜਾਵੇ ਇਸ ਨਸ਼ੇ ਦੀ ਦਲਦਲ 'ਚੋਂ ਬਾਹਰ ਕੱਢਿਆ ਜਾ ਸਕੇ ਬੱਚੇ ਨੂੰ ਐਜੂਕੇਸ਼ਨ ਮਿਲੇ ਨਵੀਂ ਪੀੜ੍ਹੀ ਨੂੰ ਅਤੇ ਉਹ ਰੁਜ਼ਗਾਰ ਦੇ ਕਾਬਲ ਹੋ ਸਕਣ ਸੋ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਹਨਾਂ ਗੱਲਾਂ ਲਈ ਸੁਚੇਤ ਹੋਣਾ ਅਤੇ ਅਸੀਂ ਇਹਨਾਂ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਜੋ ਧਰਮ ਦੇ ਲਈ ਜੋ ਸਮਾਜ ਦੇ ਲਈ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਅਸੀਂ ਭਰਵਾਂ ਹੁੰਗਾਰਾ ਦੇਈਏ ਜਿਵੇਂ ਤੁਸੀਂ ਹੁਣ ਦੇਖ ਹੀ ਰਹੇ ਹੋਣੇ ਮੇਰੇ ਬੈਕ ਸਾਈਡ ਦੇ ਉੱਤੇ ਇਸ ਗੁਰਦੁਆਰਾ ਸਾਹਿਬ ਦਾ ਸਰੋਵਰ ਹੈ ਜਿਸ ਦਾ ਜ਼ਿਕਰ ਮੈਂ ਵੀਡੀਓ ਦੇ ਪਹਿਲੇ ਹਿੱਸੇ ਵਿੱਚ ਕੀਤਾ ਹੈ ਕਿ ਜਿਸ ਜਗ੍ਹਾ ਦੇ ਉੱਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਉਸ ਛੋਟੇ ਬੱਚੇ ਨੂੰ ਇਸ਼ਨਾਨ ਕਰਵਾਉਣ ਲਈ ਕਿਹਾ ਸੀ ਉਹ ਛੱਪੜੀ ਸਰੋਵਰ ਦਾ ਸਰੂਪ ਲੈ ਚੁੱਕੀ ਹੈ ਸੋ ਉਹ ਆ ਮੇਰੇ ਬੈਕ ਸਾਈਡ 'ਤੇ ਤੁਸੀਂ ਸਰੋਵਰ ਦੇਖ ਰਹੇ ਹੋ ਜਿੱਥੇ ਕਿ ਮੰਨਿਆ ਜਾਂਦਾ ਹੈ ਅਤੇ ਜੋ ਇਸ ਇਲਾਕੇ ਵਿੱਚ ਆਮ ਪ੍ਰਚਲਿਤ ਹੈ ਕਿ ਜੇ ਕੋਈ ਵਿਅਕਤੀ ਜਿਸ ਨੂੰ ਕੋਈ ਦੁੱਖ ਦਰਦ ਹੈ ਸਰੀਰਕ ਜਾਂ ਮਾਨਸਿਕ ਕਿਸੇ ਤਰ੍ਹਾਂ ਦਾ ਸੋ ਇੱਥੇ ਲਗਾਤਾਰ 5 ਐਤਵਾਰ ਇੱਥੇ ਆਵੇ ਇਸ਼ਨਾਨ ਕਰੇ
ਅਤੇ ਸੱਚੇ ਮਨ ਨਾਲ ਸ਼ਰਧਾ ਨਾਲ ਦਰਬਾਰ ਦੇ ਵਿੱਚ ਮੱਥਾ ਟੇਕ ਕੇ ਤਾਂ ਉਸਦੀਆਂ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ ਨੇ। ਵੀਡੀਓ ਬਣਾਈ, ਇਹ ਸਾਡਾ ਐਫਰਟ। ਜੇ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਕਾਇੰਡਲੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਹੈ ਆਉਂਦਾ ਹੈ, ਉਸਨੂੰ ਪ੍ਰੈਸ ਕਰੋ ਤਾਂ ਕਿ ਅਸੀਂ ਵੀ ਮੋਟੀਵੇਟ ਹੋਈਏ ਅਤੇ ਦੂਰ ਦੁਰਾਡੇ ਦੇ ਇਲਾਕੇ ਵਿੱਚ ਉਹ ਜਗ੍ਹਾਵਾਂ ਜਿਨ੍ਹਾਂ ਬਾਰੇ ਬਹੁਤਾ ਆਮ ਲੋਕਾਈ ਨੂੰ ਪਤਾ ਨਹੀਂ, ਅਸੀਂ ਕੋਸ਼ਿਸ਼ ਕਰੀਏ ਕਿ ਉਹਨਾਂ ਜਗ੍ਹਾਵਾਂ ਨੂੰ ਤੁਹਾਡੇ ਤੱਕ ਪਹੁੰਚਾਈਏ। ਸੋ ਸਾਨੂੰ ਮੋਟੀਵੇਟ ਕਰਨ ਦੇ ਲਈ ਕਾਇੰਡਲੀ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਚੈਨਲ ਸਬਸਕ੍ਰਾਈਬ ਕਰੋ। ਥੈਂਕਸ ਫੋਰ ਵਾਚਿੰਗ ਪੀਪਲਸ ਵੋਇਸ ਟੀਵੀ।